ਪਿੰਡਾਂ ਵਿੱਚ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਇਸ ਲਈ ਆਪੋ ਆਪਣੇ ਘਰਾਂ ਵਿੱਚ ਰਹੋ, ਕਰਫਿਊ ਦੀ ਪਾਲਣਾ ਕਰੋ। ਬਠਿੰਡਾ ਵਿਖੇ ਜਿਉਂ ਹੀ ਆਰਓ ਖੁੱਲ੍ਹੇ ਤਾਂ ਲੋਕਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਭਾਵੇਂ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਲਿਸ ਮੁਲਾਜ਼ਮ ਲਗਾ ਰੱਖੇ ਹਨ, ਪਰ ਫਿਰ ਵੀ ਲੋਕ ਭੀੜ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਜ਼ਿਲ੍ਹਾ ਪ੍ਰਸ਼ਾਸਨ ਨੇ ਆਰਓ 'ਤੇ ਸਬਜ਼ੀ ਵੇਚਣ ਵਾਲੀਆਂ ਟਰਾਲੀਆਂ ਨਾਲ ਅਤੇ ਰੇਹੜੀਆਂ ਨਾਲ ਇੱਕ ਇੱਕ ਪੁਲਿਸ ਮੁਲਾਜ਼ਮ ਲਗਾਇਆ ਹੋਇਆ ਹੈ ਤਾਂ ਜੋ ਭੀੜ ਨਾ ਹੋਵੇ। ਉੱਧਰ ਸ਼ਹਿਰ ਦੀਆਂ ਕਈ ਸਮਾਜ ਸੇਵੀ ਸੰਸਥਾਵਾਂ ਸੈਨੀਟੇਸ਼ਨ ਅਤੇ ਮਾਸਕ ਵੰਡ ਰਹੀਆਂ ਸਨ। ਹਨੂੰਮਾਨ ਚੌਂਕ ਵਾਲੇ ਪੰਪ 'ਤੇ ਲੋਕਾਂ ਨੂੰ ਬੋਤਲਾਂ ਵਿੱਚ ਤੇਲ ਵੀ ਭਰਿਆ ਜਾ ਰਿਹਾ ਸੀ। ਮੁਲਾਜ਼ਮ ਬੰਦਾ ਤੇਲ ਪਵਾ ਕੇ ਚਲਾ ਗਿਆ, ਅਸੀਂ ਖੜੇ ਦੇ ਖੜੇ ਹੀ ਹਾਂ। ਡਿਊਟੀ ਮੈਂ ਵੀ ਸਿਵਲ ਜਾ ਰਿਹਾ, ਸਾਹ ਚੜ ਰਿਹਾ, ਦੇਖੋ ਲੋਕ ਆਪਣੀਆਂ ਮੇਰਾ ਦੇਖੋ ਮੈਂ ਮੇਰੀ ਮਜ਼ਬੂਰੀ ਸਮਝੋ, ਹੁਣ ਮੈਂ ਕੰਮ ਕਰੀ ਨਾ ਕੰਮ ਲੱਗੀ। ਇਹ ਤੇਲ ਸਿਰਫ ਡਿਊਟੀ ਮੁਲਾਜ਼ਮਾਂ ਲਈ ਹੀ ਪੰਪ ਖੋਲ੍ਹੇ ਗਏ ਸਨ ਅਤੇ ਆਮ ਲੋਕਾਂ ਨੂੰ ਪੁਲਿਸ ਮੁਲਾਜ਼ਮ ਉੱਥੋਂ ਹਟਾ ਰਹੇ ਸਨ। ਬਠਿੰਡਾ ਸਰਗਰਮੀਆਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।